ਤੇਜ਼ ਰਫ਼ਤਾਰ ਗੱਡੀ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਭੀੜ ਭਾੜ ਵਾਲੇ ਬਾਜ਼ਾਰ ਦੇ ਵਿੱਚ ਇਹ ਗੱਡੀ ਚਾਲਕ ਵੜ ਜਾਂਦਾ ਹੈ ਤੇ ਚਾਰ ਜਣਿਆਂ ਨੂੰ ਦਰੜ ਕੇ ਰੱਖ ਦਿੰਦਾ ਹੈ। ਇਹਨਾਂ ਦੇ ਵਿੱਚ ਦੋ ਬੱਚੇ ਵੀ ਨੇ ਜੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਨੇ। ਜਾਣਕਾਰੀ ਮੁਤਾਬਿਕ ਪਰਿਵਾਰ ਵਾਲੇ ਆਪਣੇ ਬੱਚਿਆਂ ਦੇ ਨਾਲ ਇਸ ਬਾਜ਼ਾਰ ਦੇ ਵਿੱਚ ਪਹੁੰਚੇ ਹੋਏ ਸਨ ਜਿੱਥੇ ਇਸ ਗੱਡੀ ਚਾਲਕ ਦਾ ਕਹਿਰ ਵੇਖਣ ਨੂੰ ਮਿਲਿਆ। ਜਾਣਕਾਰੀ ਅਨੁਸਾਰ ਗੱਡੀ ਚਾਲਕ ਹੂਟਰ ਮਾਰਦਾ ਹੋਇਆ ਆਇਆ ਤੇ ਗੱਡੀ ਦੀ ਸਪੀਡ ਵੀ ਬਹੁਤ ਜ਼ਿਆਦਾ ਸੀ ਜੋ ਕਿ ਬਟਾਲਾ ਸਾਈਡ ਤੋਂ ਆ ਰਿਹਾ ਸੀ ਅਤੇ ਮੰਡੀ ਦੇ ਵਿੱਚ ਖੜ੍ਹੇ ਵਾਹਨਾਂ ਉੱਤੇ ਇਹ ਗੱਡੀ ਚੜ ਜਾਂਦੀ ਹੈ ਤੇ ਲੋਕਾਂ ਨੂੰ ਵੀ ਦਰੜ ਦਿੱਤਾ ਜਾਂਦਾ ਹੈ। ਇਹ ਭਿਆਨਕ ਹਾਦਸਾ ਗੁਰਦਾਸਪੁਰ ਦੇ ਧਾਲੀਵਾਲ ਦੇ ਇੱਕ ਸੰਘਣੇ ਬਾਜ਼ਾਰ ਦੇ ਵਿੱਚ ਵਾਪਰਿਆ। ਇਸ ਮੌਕੇ ਦੋ ਬੱਚੇ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਜਿਨ੍ਹਾਂ ਦੇ ਵਿੱਚੋਂ ਬੱਚੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਤੇ ਦੋ ਵਿਅਕਤੀ ਵੀ ਇਸ ਗੱਡੀ ਦੀ ਚਪੇਟ ਦੇ ਵਿੱਚ ਆ ਗਏ। ਇਸ ਹਾਦਸੇ ਦੌਰਾਨ ਜ਼ਖਮੀ ਹੋਏ ਪਾਸਟਰ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਮੀਟਿੰਗ ਕਰਕੇ ਆਇਆ ਸੀ ਤੇ ਆਪਣੇ ਦੋ ਬੱਚਿਆਂ ਦੇ ਨਾਲ ਸਬਜ਼ੀ ਮੰਡੀ ਆਇਆ ਹੋਇਆ ਸੀ ਕਿ ਹੂਟਰ ਮਾਰਦੀ ਇੱਕ ਗੱਡੀ ਆਈ ਤੇ ਉਹਨਾਂ ਨੂੰ ਹਿੱਟ ਕਰ ਦਿੱਤਾ ਜਿਸ ਕਾਰਨ ਉਹ ਅਤੇ ਉਸਦੀ ਬੇਟੀ ਜ਼ਖਮੀ ਹੋ ਗਏ। ਇਸ ਹਾਦਸੇ ਦੌਰਾਨ ਇੱਕ ਹੋਰ ਮੋਟਰਸਾਈਕਲ ਸਵਾਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਸਮੇਤ ਪਤਨੀ ਨਾਲ ਗੋਲ ਗੱਪੇ ਖਾ ਰਿਹਾ ਸੀ ਤੇ ਤੇਜ਼ ਰਫ਼ਤਾਰ ਗੱਡੀ ਆਈ ਅਤੇ ਉਹਨਾਂ ਉੱਤੇ ਚੜ ਗਈ। ਇਸ ਹਾਦਸੇ ਦੌਰਾਨ ਉਹ ਅਤੇ ਉਸਦਾ ਬੇਟਾ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਲੋਕਾਂ ਨੇ ਹਸਪਤਾਲ ਪਹੁੰਚਾਇਆ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੀ ਗੱਡੀ ਛੱਡ ਕੇ ਫਰਾਰ ਹੋ ਗਿਆ। ਹਾਦਸੇ ਦੇ ਵਿੱਚ ਜ਼ਖਮੀ ਹੋਏ ਪਰਿਵਾਰਾਂ ਵੱਲੋਂ ਹੁਣ ਮੁਲਜ਼ਮ ਕਾਰ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਹਾਦਸੇ ਤੋਂ ਬਾਅਦ ਪੁਲਿਸ ਪਹੁੰਚੀ ਅਤੇ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਗੱਡੀ ਨੂੰ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ। ਅਸੀਂ ਆਪਣੇ ਧਿਆਨ ਖੋਤੇ ਕੋਈ ਗੱਲਬਾਤ ਨਹੀਂ, ਮਗਰੋਂ ਗੱਡੀ ਆਈ ਇਸ ਘਰ ਵਿੱਚ ਪਤਾ ਨਹੀਂ ਲੱਗਾ ਕਿਹੜੇ ਵੇਲੇ ਮਾਰ ਕੇ ਫੁੱਟ ਗਏ। ਪਤਾ ਨਹੀਂ ਲੱਗਾ, ਅਸੀਂ ਆਪਣੇ ਧਿਆਨ ਇੱਧਰ ਵੀ ਨਹੀਂ ਸੀਗਾ ਮੇਰਾ, ਮੈਨੂੰ ਪਤਾ ਨਹੀਂ ਲੱਗਾ ਪਿੱਛੇ ਕਿੱਦਾਂ ਮਾਰ ਗਿਆ ਸੀ ਆਹ ਕੰਨ ਤੇ ਤੇ ਸਿਰ ਤੇ। ਮੇਰੇ ਨਾਲ ਇੱਕ ਮੇਰੀ ਵਾਈਫ ਸੀ, ਇੱਕ ਮੇਰੇ ਸਾਂਢੂ ਦੀ ਕੁੜੀ ਸੀ ਤੇ ਇੱਕ ਮੇਰਾ ਬੇਟਾ ਸੀ। ਉਹ ਕਿਸ ਤਰ੍ਹਾਂ ਇਸ ਵੇਲੇ ਕੀ ਹਾਲਤ ਹੈ? ਬੱਚੇ ਵੀ ਸੱਟ ਲੱਗੀ ਆ, ਵਾਈਫ ਵੀ ਠੀਕ ਆ, ਉਹ ਬੱਚੇ ਵੀ ਠੀਕ ਆ। ਔਰ ਮੈਂ ਗੁਰਦਾਸਪੁਰ ਤੋਂ ਮੀਟਿੰਗ ਕਰਕੇ ਵਾਪਸ ਬਟਾਲੇ ਨੂੰ ਜਾ ਰਿਹਾ ਸੀਗਾ। ਰਾਸਤੇ ਦੇ ਵਿੱਚ ਸ਼ਹਿਰ ਧਾਰੀਵਾਲ ਪੈਂਦਾ, ਜਿਉਂ ਹੀ ਅਸੀਂ ਨਹਿਰ ਕਰੋਸ ਕੀਤੀ ਆ ਤੇ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਜਿਹੜੀ ਆ ਹੂਟਰ ਮਾਰਦੀ ਬਹੁਤ ਜ਼ਿਆਦਾ ਤੇਜ਼ ਦੇ ਵਿੱਚ ਆਈ ਤੇ ਉਹਨੇ ਸਾਨੂੰ ਜ਼ੋਰ ਦੇ ਨਾਲ ਟੱਕਰ ਮਾਰੀ ਆ। ਮੇਰੇ ਦੋ ਬੱਚੇ ਸਨ ਨਾਲ, ਇੱਕ ਬੇਟੀ, ਇੱਕ ਬੇਟਾ ਸੀਗਾ, ਅਸੀਂ ਮੋਟਰਸਾਈਕਲ ਤੇ ਸੀਗੇ। ਔਰ ਉਹਨਾਂ ਨੇ ਜਦੋਂ ਸਾਨੂੰ ਤੇਜ਼ ਦੇ ਵਿੱਚ ਮਾਰਿਆ, ਬੇਟੀ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਔਰ ਮੇਰੇ ਵੀ ਸਿਰ ਦੇ ਉੱਤੇ, ਲੱਤਾਂ ਤੇ, ਗੋਡਿਆਂ ਤੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਨੇ। ਔਰ ਪਤਾ ਨਹੀਂ ਉਹਨਾਂ ਨੇ ਕੀ ਖਾਧਾ ਕੀ ਨਹੀਂ ਜਾਂ ਕਿਸ ਤਰ੍ਹਾਂ, ਬਹੁਤ ਜ਼ਿਆਦਾ ਤੇਜ਼ ਗੱਡੀ ਜਿਹੜੀ ਸੀਗੀ ਹੱਦੋਂ ਵੱਧ ਤੇਜ਼ ਦੇ ਵਿੱਚ ਸੀ, ਉਹਨੇ ਮੈਨੂੰ ਮਾਰਿਆ, ਨਾਲ ਦੀ ਨਾਲ ਉੱਥੇ ਲਾਗੇ ਖੜ੍ਹੇ ਹੋਰ ਲੋਕਾਂ ਨੂੰ ਵੀ ਉਹਨਾਂ ਨੇ ਸੱਟਾਂ ਜਿਹੜੀਆਂ ਨੇ ਉਹ ਲਾਈਆਂ ਨੇ। ਬੇਟੀ ਹੈ ਜੀ ਮੇਰੀ, ਇੱਕ 12 ਸਾਲ ਦੀ ਬੇਟੀ ਹੈ, ਬੇਟੀ ਦੇ ਸੱਟਾਂ ਕਾਫੀ ਜ਼ਿਆਦਾ ਲੱਗੀਆਂ ਨੇ ਔਰ ਮੇਰੇ ਲੱਗੀਆਂ ਨੇ ਤੇ ਬੇਟੇ ਦੇ ਵੀ ਰਗੜਾ ਰੁਗੜਾ ਲੱਗੀਆਂ ਨੇ ਬੇਟੇ ਦੇ। ਉਹਨਾਂ ਨੇ ਸਾਨੂੰ ਜੀ ਪੱਟੀਆਂ ਵਗੈਰਾ ਕਰਕੇ ਫਸਟ ਟ੍ਰੀਟਮੈਂਟ ਦੇ ਕੇ ਉਹਨਾਂ ਨੇ ਤੇ ਗੁਰਦਾਸਪੁਰ ਰੈਫਰ ਕਰ ਦਿੱਤਾ। ਬਟਾਲੇ ਵੱਲੋਂ ਗੱਡੀ ਆ ਰਹੀ ਸੀ, ਉਹ ਹੂਟਰ ਮਾਰਦੀ ਪਈ ਸੀ ਤੇ ਮੇਰੇ ਹਸਬੈਂਡ ਤੇ ਮੇਰੇ ਬੇਟਾ ਜੀ ਖਲੋਤੇ ਹੋਏ ਸੀ ਤੇ ਉਹਨੇ ਗੱਡੀ ਉੱਤੇ ਆਣ ਕੇ ਚੜਾਤੀ ਤੇ ਉਹ ਪਰਲੇ ਪਾਸੇ ਡਿੱਗ ਗਏ ਤੇ ਮੋਟਰਸਾਈਕਲ ਸਾਰਾ ਗੱਡੀ ਦੇ ਨਾਲ ਧੂ ਧਾ ਕੇ ਲੈ ਗਏ ਸੀ। ਸੱਟ ਵਾਵਾ ਲੱਗੀ। ਮੈਂ ਡਾਕਟਰ ਗੁਰਪ੍ਰੀਤ ਸਿੰਘ, ਐਮਰਜੈਂਸੀ ਮੈਡੀਕਲ ਆਫਿਸਰ CSC ਧਾਰੀਵਾਲ। ਅੱਜ ਸਾਡੇ ਕੋਲ 9:18 ਤੇ ਇੱਥੇ ਸਿਵਲ ਹੋਸਪਿਟਲ ਧਾਰੀਵਾਲ ਵਿਖੇ ਸਾਡੇ ਕੋਲ 3 ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਨਾਲ ਆਏ ਨੇ। ਉਹਨਾਂ ਦਾ ਆਪਾਂ ਫਸਟ ਏਡ ਦੇ ਕੇ ਤੇ ਉਸਦੇ ਬਾਅਦ ਉਹਨਾਂ ਨੂੰ ਸਿਵਲ ਹੋਸਪਿਟਲ ਗੁਰਦਾਸਪੁਰ ਅਗਲੇ ਇਲਾਜ ਵਾਸਤੇ ਰੈਫਰ ਕਰ ਦਿੱਤਾ।
ਉਹਨਾਂ ਦੇ ਨਾਮ ਹੈਗੇ ਨੇ ਰੀਸ਼ਾਈਨ, ਮਨਦੀਪ ਕੁਮਾਰ ਅਤੇ ਮਿਥਨ। ਤਿੰਨੇ ਜਣੇ ਬਟਾਲੇ ਦੇ ਨੇ ਅਤੇ ਇਹਨਾਂ ਦਾ ਤਿੰਨੇ ਜਣੇ ਇਕੱਠੇ ਆਏ ਨੇ ਕੋਈ ਧਾਰੀਵਾਲ ਨਹਿਰ ਲਾਗੇ ਰੋਡ ਰੋਡ ਸਾਈਡ ਐਕਸੀਡੈਂਟ ਹੋਇਆ ਨਾਲ। ਇੱਕ ਦੇ ਦੋ ਜਣੇ ਜਿਹੜੇ ਹੈਗੇ ਉਹਨਾਂ ਦੇ ਹੈਡ ਇੰਜਰੀ ਹੈਗੀ ਆ, ਇੱਕ ਛੋਟੀ ਬੱਚੀ ਜਿਹੜੀ 12 ਸਾਲ ਦੀ, ਉਹਦੇ ਥੋੜ੍ਹਾ ਜ਼ਿਆਦਾ ਸੱਟ ਲੱਗੀ ਹੈ। ਸਾਨੂੰ ਉਹਦਾ ਫਿਰ ਔਰਥੋ ਸਪੈਸ਼ਲਿਸਟ ਦਾ ਉਹਨਾਂ ਦਾ ਓਪੀਨੀਅਨ ਚਾਹੀਦਾ, ਪਲੱਸ ਉਹੀ ਮੈਨੇਜਮੈਂਟ ਅੱਗੇ ਫਰਦਰ ਕਰਨਗੇ, ਇਸ ਲਈ ਉੱਧਰ ਭੇਜਿਆ ਹੈਗਾ ਉਹਨਾਂ।